ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਾਰੇ ਵੀਰਾਂ ਨੂੰ ਜੀ। ਅੱਜ ਵੀਰ ਜੀ ਫਿਰ ਤੁਹਾਨੂੰ ਇੱਕ ਵਾਰ ਫਿਰ ਵੀਡੀਓ ਵਿਖਾ ਰਹੇ ਜੀ, ਮਤਲਬ ਕਿ ਮਿੰਨੀ ਬਫੈਲੋ ਜੀ। ਅਤੇ ਵੀਰ ਜੀ ਇਹਨਾਂ ਦਾ ਪਹਿਲਾਂ ਓਨਰ ਨਾਮ ਦੱਸੂੰਗਾ ਜੀ ਮੈਂ। ਓਨਰ ਇਹਨਾਂ ਦਾ ਹੈਗੇ ਜੀ ਅਵਿਨਾਸ਼ ਕੁਮਾਰ, ਠੀਕ ਹੈ ਜੀ। ਅਤੇ ਸ਼ਹਿਰ ਇਹਨਾਂ ਫਿਰੋਜ਼ਪੁਰ ਖਾਸ, ਅਤੇ ਗੁਰੂ ਨਾਨਕ ਨਗਰ, ਠੀਕ ਹੈ ਜੀ। ਅਤੇ ਵੀਰ ਜੀ ਇਹਨਾਂ ਨੰਬਰ ਹੈਗੇ ਜੀ 8198-90194। ਨੰਬਰ ਫਿਰ ਇੱਕ ਵਾਰੀ ਬੋਲੂੰਗਾ ਜੀ 8198-90194। ਵੈਸੇ ਨੰਬਰ ਸਕਰੀਨ ਚੱਲੀ ਜਾਂਦਾ ਜੀ। ਅਤੇ ਵੀਰ ਜੀ ਹੁਣ ਤੁਹਾਨੂੰ ਮੈਂ ਬਫੈਲੋ ਡਿਟੇਲ ਦੱਸੂੰਗਾ ਜੀ। ਬਫੈਲੋ ਵੀਰ ਜੀ ਇਸ ਟਾਈਮ 4 ਲੋਕੇਸ਼ਨ 'ਤੇ ਹੈ ਜੀ, ਮਤਲਬ ਕਿ ਚੌਥੀ ਵਾਰ ਸੋਣਾ ਜੀ ਇਹਨੇ। ਘਰ ਦੀ ਮੱਝ ਹੈ ਜੀ ਇਹਨਾਂ ਨੇ, ਕੋਈ ਮਤਲਬ ਕਿ ਨੋਰਮਲ ਬੰਦੇ ਹੈ ਜੀ, ਠੀਕ ਹੈ ਜੀ। ਅਤੇ ਵੀਰ ਜੀ ਉਹਨਾਂ ਨੇ ਜਿਹੜੇ ਸਾਨੂੰ ਡਿਟੇਲ ਦੱਸੀ ਹੈ ਜੀ ਕਿ 10 ਕਿਲੋ ਪਿਛਲੇ ਸੂਏ ਦੁੱਧ ਦਿੱਤਾ ਜੀ ਇਹਨੇ, ਠੀਕ ਹੈ। ਬਾਕੀ ਕੋਈ ਨੁਕਸ ਨਹੀਂ ਗਾ, ਥਣ ਥੁਣ ਬਿਲਕੁਲ ਸਾਫ਼ ਆ ਜੀ। ਦਰਮਿਆਨਾ ਕੱਦ ਹੈ ਜੀ, ਬਿਲਕੁਲ ਬਾਹਲਾ ਕੱਦ ਨਹੀਂ ਗਾ। ਹਜੇ ਘੱਟੋ ਘੱਟ 10 ਦਿਨ ਲੈ ਜਾਣੇ ਸੂਣ ਦੇ ਵਿੱਚ, ਠੀਕ ਹੈ। ਜਿਹੜੇ ਅੱਗੇ ਗਾਂ ਟੀਕਾ ਲੱਗਾ ਜੀ, ਉਹ ਲੱਗਾ ਸਰਕਾਰੀ ਸਿਮਨ ਨੀਲੀ ਰਾਵੀ ਦਾ, ਠੀਕ ਹੈ ਜੀ। ਅਤੇ ਵੀਰ ਜੀ ਇਹਦਾ ਮੁੱਲ ਕਰਦੇ ਹੋ 60,000 ਰੁਪਈਆ ਕਿ ਦੇਣੀ ਆ ਅਸੀਂ। ਬਾਕੀ ਤੁਸੀਂ ਫੋਨ ਲਾ ਲਏ ਮੌਕੇ, ਤੁਹਾਡਾ ਹੋਰ ਤੁਹਾਡਾ ਮਾਨਦਨ ਕਰਦਾ ਹੋ ਜੇ ਕਿਸੇ ਵੀਰ ਨੇ ਲੈਣੀ ਹੈ ਜੀ, ਠੀਕ ਹੈ ਜੀ। ਬਾਕੀ ਤੋਰਾ ਤੋਰਾ ਮੱਝ ਦਾ ਬਹੁਤ ਚੰਗਾ ਜੀ, ਨੋਰਮਲ ਖੁਰਾਕ 'ਤੇ ਪੱਠਿਆਂ ਦੇ ਤੂੜੀ ਵਿੱਚ ਮਤਲਬ ਕਿ ਉਹ 10 ਕਿਲੋ ਦੁੱਧ ਚੂੰਦੇ ਰਹੇ ਆ, ਠੀਕ ਹੈ ਜੀ। ਬਾਕੀ ਜੋ ਮੰਨ ਲਓ ਖੁਰਾਕ ਉਹ ਢੰਗ ਨਾਲ ਮਿਲੇ ਤਾਂ 10 ਤੋਂ ਬਾਅਦ 12 ਵੀ ਦੇ ਸਕਦੀ ਆ, ਠੀਕ ਹੈ। ਬਾਕੀ ਆਪਾਂ ਨੂੰ ਦਿਖੀ ਜਾਂਦਾ ਜੀ ਮੱਝ ਦੀ, ਠੀਕ ਹੈ ਜੀ। ਅਤੇ ਵੀਰ ਜੀ ਜੇ ਕਿਸੇ ਲੈਣੀ ਹੋਵੇ ਤਾਂ ਵੀਰ ਜੀ ਇਹਨਾਂ ਨੇ ਕੋਂਟੈਕਟ ਕਰ ਲੈਣ ਜੀ, ਠੀਕ ਹੈ। ਦੁੱਧ ਜਿੰਨਾ ਉਹਨਾਂ ਨੂੰ ਦੱਸਿਆ ਜੀ ਉਨਾ ਮੈਂ ਤੁਹਾਨੂੰ ਦੱਸਤਾ। ਨੰਬਰ ਤੁਹਾਨੂੰ ਫਿਰ ਇੱਕ ਦੱਸਦਾ 8198-90194 ਵੀਰ ਜੀ, ਠੀਕ ਹੈ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਾਰੇ ਵੀਰਾਂ ਨੂੰ ਜੀ।